ਡਿਪੂ ਹੋਲਡਰ ਮੁਰਦਾਬਾਦ ਡਿਪੂ ਹੋਲਡਰ ਮੁਰਦਾਬਾਦ ਮੁਰਦਾਬਾਦ ਲੋਕਾਂ ਦੀ ਕਣਕ ਖਾਣ ਵਾਲਾ ਮੁਰਦਾਬਾਦ ਲੋਕਾਂ ਦੀ ਕਣਕ ਖਾਣ ਵਾਲਾ ਮੁਰਦਾਬਾਦ ਹਾਂਜੀ ਕਿੰਨੀ ਬੰਦੀ ਤਰੀਕਾ ਹੁਣ ਮੇਰੀ ਬੰਦੀ ਸੀ ਕੁਇੰਟਲ ਬੰਦੀ ਜੀ ਅੱਛਾ ਇਹਨਾਂ ਨੇ ਮੈਨੂੰ ਦਿੱਤੀ ਆ 90 ਕੁਇੰਟਲ ਦਿੱਤੀ ਇਹਨਾਂ ਨੇ ਤਾਂ ਪੁੱਛਿਆ ਨਹੀਂ ਕਿਉਂ ਘੱਟ ਦਿੱਤੀ ਨਹੀਂ ਭਾਜੀ ਉਹ ਕਿਸੇ ਦੀ ਗੱਲਬਾਤ ਨਹੀਂ ਸੁਣਦੇ ਪਰਚੀਆਂ ਵੀ ਵਾਲੇ ਆਪਣੇ ਦਿਮਾਗ ਹੀ ਨਾ ਫੜਦੇ ਅੱਖ ਵੀ ਨਾ ਫੜਦੇ ਤਾਂ ਉਹਨੂੰ ਖਾਰ ਛੱਡਦੇ ਤੇ ਮੁੜ ਕੇ ਜੋ ਕਿ ਤੁਰੀ ਜਾਂਦੇ ਛੇਤੀ ਛੇਤੀ ਨਿਕਲ ਜਾਓ ਨਿਕਲ ਜਾਓ ਪਿਛਲੇ ਵੀ ਘੱਟ ਮਿਲੀ ਸੀ ਭਾਜੀ ਪਿਛਲੀ ਵਾਰ ਮੈਂ ਨਾਲ ਦੇ ਘਰ ਦਿਆਂ ਮੇਰੇ ਲੈਂਦੀ ਮੈਂ ਗਿਆ ਨਹੀਂ ਪਿਛਲੀ ਵਾਰ ਮੈਂ ਆਉਂਦਾ ਤੇਰੇ ਸੰਗਰ ਨਹੀਂ ਆਉਂਦਾ ਤੇ ਪਿਛਲੀ ਵਾਰੀ ਆਖਿਆ ਤਾਂ ਜਾ ਕੇ ਘਰ ਤੇ ਆਉਂਦੇ ਆ ਗਏ ਆ ਸੰਗਰ ਇੱਥੇ ਬਿਜਲੀ ਘਰ ਕੋਲ ਮੈਂ ਬਹਿ ਰਿਹਾ ਜਿੱਥੇ ਆਉਂਦੀ ਬਹਿ ਰਹੀ ਆਉਂਦੇ ਸੰਗਰ ਨਹੀਂ ਆਉਂਦੇ ਤੇ ਜੇ ਸਰਪੰਚ ਨੇ ਆਖਿਆ ਤਾਂ ਸੰਗਰ ਆ ਗਏ ਬੂਠੇ ਤੇ ਹੀ ਆ ਗਏ ਤੇ ਉਹ ਪਹਿਲਾਂ ਆਉਂਦਾ ਹੀ ਨਹੀਂ ਕਣਕ ਦਿੰਦੇ ਨਹੀਂ ਤੁਹਾਨੂੰ ਡੀਪੂ ਵਾਲਾ ਦਿੰਦਾ ਨਹੀਂ ਸਾਨੂੰ ਨਹੀਂ ਦਿੰਦਾ ਕਿਉਂ ਨਹੀਂ ਦਿੰਦਾ ਕੀ ਕਾਰਨ ਕੀ ਆ ਤਾਂ ਕਿਸੇ ਆਂਦਾ ਤੇਰੇ ਸੰਗਰ ਹੀ ਨਹੀਂ ਆਉਂਦਾ ਤੁਹਾਡੀ ਕਣਕ ਆਪ ਖਾ ਜਾਂਦਾ ਵਾ ਆਹੋ ਮੈਂ ਆਪ ਮੂੰਹ ਤੇ ਪੁੱਛ ਲਓ ਖਾਂਦਾ ਆਪ ਮੈਨੂੰ ਜਵਾਬ ਦਿੰਦੇ ਆਂਦੇ ਜਾਵਾਂਗਾ ਕਿਹੜਾ ਪਿੰਡ ਆ ਦੇਊ ਜੀ ਕੀ ਗੱਲਬਾਤ ਹੋਈ ਕਿੰਨੀ ਕਣਕ ਮਿਲੀ ਤੁਹਾਨੂੰ ਭਾਜੀ ਉੱਥੇ ਆਉਂਦੇ ਆ ਵੀ 25 ਕਿਲੋ ਇੱਕ ਜਾਣੇ ਦੀ ਆਈ ਆ ਤੇ ਸਾਨੂੰ ਇੱਕ ਕੁਇੰਟਲ 10 ਕਿਲੋ ਕਣਕ ਮਿਲੀ ਆ 6 ਜਾਣਿਆਂ ਦੀ ਜਿੱਥੇ ਸਾਡੀ 1.5 ਕੁਇੰਟਲ ਕਣਕ ਬਣਦੀ ਜੇ ਤੇ 1 ਕੁਇੰਟਲ 10 ਕਿਲੋ ਕਣਕ ਡੀਪੂ ਹੋਲਡਰ ਨੂੰ ਪੁੱਛਿਆ ਕਿ ਕਣਕ ਕਿਉਂ ਘੱਟ ਦਿੱਤੀ ਸਾਨੂੰ ਹਾਂਜੀ ਇਹਨਾਂ ਦੇ ਅਸੀਂ ਪੁੱਛ ਨਹੀਂ ਸਕਦੇ ਜੀ ਕਿਉਂ ਕੀ ਗੱਲ ਆ ਕੀ ਉਹਨਾਂ ਦਾ ਮਤਲਬ ਨਹੀਂ ਆ ਕਿ ਉਹ ਦੇਈ ਜਾਂਦੇ ਆ ਕਿਸੇ ਨੂੰ ਵੱਧ ਦੇਈ ਜਾਂਦੇ ਕਿਸੇ ਨੂੰ ਘੱਟ ਦੇਈ ਜਾਂਦੇ ਕਿਸੇ ਨੂੰ 20 ਕਿਲੋ ਦੇ ਹਿਸਾਬ ਨਾਲ ਦੇਈ ਜਾਂਦੇ ਕਿਸੇ ਨੂੰ 17.5 ਕਿਲੋ ਦੇ ਹਿਸਾਬ ਨਾਲ ਦੇਈ ਜਾਂਦੇ ਅੱਛਾ ਧੱਕੇ ਸ਼ਾਹੀ ਕਰਦਾ ਪਿਆ ਹਾਂਜੀ ਹਾਂਜੀ ਕਿੰਨੀ ਕਣਕ ਘੱਟ ਦਿੱਤੀ ਤੁਹਾਨੂੰ ਯਾਰ ਚਾਲੀ ਕਿਲੋ ਘੱਟ ਦਿੱਤੀ ਪੁੱਛਿਆ ਨਹੀਂ ਸਰ ਉਹਨੂੰ ਡੀਪੂ ਹੋਲਡਰ ਨੂੰ ਕਿ ਕਿਉਂ ਪੁੱਛਿਆ ਨਹੀਂ ਜੋ ਜਿੱਦਾਂ ਵੀ ਦੇ ਦਿੰਦੇ ਚੁੱਪ ਕਰਕੇ ਲੈ ਕੇ ਆ ਜਾਈਦਾ ਇੱਕੋ ਕਾਰਡ ਪਿੰਡ ਵਿੱਚ ਉਹ ਭਾਜੀ ਜਿੰਨੇ
ਘਾਟਾ ਵਾਧਾ ਹੁੰਦਾ ਰਹਿੰਦਾ। ਅਸੀਂ ਵਾਰ ਵਾਰ ਕਹਿੰਦੇ ਹਾਂ ਸਾਡੇ ਕੋਲੋਂ ਜਥੇਬੰਦਕ ਤੌਰ 'ਤੇ ਦਬਾਅ ਮੰਨਦੇ ਵੀ ਆ ਅਤੇ ਡਰਦੇ ਵੀ ਆ। ਫਿਰ ਜੇ ਕਹਿੰਦੇ ਵੀ ਆ ਸਾਡੇ ਲਈ ਪੂਰੀ ਹੈ, ਮੇਰੇ ਲਈ 25 ਕਿਲੋ ਕਿਸ ਤਰ੍ਹਾਂ ਆ ਗਈ ਜੇ ਬਾਕੀਆਂ ਲਈ 22 ਕਿਲੋ ਆ ਰਹੀ ਹੈ, ਤਾਂ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਇੱਦਾਂ ਦਾ ਘਪਲੇਬਾਜ਼ੀ ਨਹੀਂ ਕਰਨੀ ਚਾਹੀਦੀ। ਜੋ ਕਿਸੇ ਦਾ ਬਣਦਾ ਹੱਕ ਆ ਉਹਨੂੰ ਦੇਣਾ ਚਾਹੀਦਾ, ਜੇ ਨਹੀਂ ਤਾਂ ਇਹਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰੇ ਇਹ ਸਰਕਾਰ ਜਿਹੜੀ ਆ। ਇਸ ਸੰਬੰਧੀ ਕਿਸੇ ਡੀਸੀ ਨੂੰ ਜਾਂ ਕਿਸੇ ਨੂੰ ਸੰਬੰਧਿਤ ਅਧਿਕਾਰੀ ਨੂੰ ਮਿਲੇ ਜੇ ਕਿਸੇ? ਪਿਛਲੇ ਸਮੇਂ ਦੇ ਦਰਮਿਆਨ ਸਾਡੇ ਕੋਈ ਸ਼ਿਕਾਇਤ ਨਹੀਂ ਆਈ, ਸਾਥੇ ਉਸ ਤਰ੍ਹਾਂ ਲੋਕ ਗੱਲਾਂ ਕਰਕੇ ਹਟ ਜਾਂਦੇ ਸੀ, ਇਸ ਵਾਰ ਆਈ ਆ ਤੋਲਾ ਤਲਾਈ ਸਾਹਮਣੇ ਹੋਈ। ਜੋ ਕੁਛ ਆ ਤੁਸਾਂ ਵੀ ਸਾਰਾ ਪ੍ਰਤੱਖ ਵੇਖ ਲਿਆ ਵਾ। ਅਸੀਂ ਤਾਂ ਪ੍ਰਸ਼ਾਸਨ ਕੋਲ ਇਸ ਗੱਲ ਦੀ ਮੰਗ ਕਰਾਂਗੇ, ਇਹਨਾਂ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਜਿਹੜਾ ਲੋਕਾਂ ਨੂੰ ਇਨਸਾਫ ਦਵਾਇਆ ਜਾਵੇ। ਉੱਠਿਆ ਕਿ ਜਿਹੜਾ ਡੀਪੂ ਹੋਲਡਰ ਹੈ ਲੋਕਾਂ ਨੂੰ ਕਣਕ ਘੱਟ ਦੇ ਰਿਹਾ, ਕੀ ਮਾਮਲਾ ਹੈਗਾ ਸਾਰਾ ਜੀ ਇਹ? ਮੈਂ ਭਾਅ ਜੀ ਆਪ ਇੱਥੇ ਆਇਆ ਅਤੇ ਇੱਥੇ ਆਣ ਕੇ ਮੈਨੂੰ ਪਤਾ ਲੱਗਾ ਵੀ ਪਬਲਿਕ ਰੌਲਾ ਪਾਉਣ ਡਈ ਆ ਅਤੇ ਮਤਲਬ ਜਿਹੜੀ ਕਣਕ ਆ ਘੱਟ ਮਿਲ ਰਹੀ ਆ। ਹੁਣ ਮੈਂ ਇੱਥੇ ਆਣ ਕੇ ਪੁੱਛਿਆ ਵਾ ਮਤਲਬ ਕਿ 25 ਕਿਲੋ ਦੇ ਹਿਸਾਬ ਨਾਲ ਜੀ ਦੇ ਹਿਸਾਬ ਨਾਲ ਆਈ ਹੈ ਅਤੇ ਮੈਨੂੰ ਇੰਸਪੈਕਟਰ ਨੇ ਵੀ ਫੋਨ ਕੀਤਾ ਵੀ 25 ਕਿਲੋ ਜੀ ਦੇ ਹਿਸਾਬ ਨਾਲ ਕਣਕ ਅਤੇ 5 ਕਿਲੋ ਕਾਰਡ ਦੇ ਹਿਸਾਬ ਨਾਲ ਛੋਲੇ ਭੇਜੇ ਅਸੀਂ। ਇੱਥੇ ਗਾੜੀ ਇਹ 22 ਕਿਲੋ ਦੇ ਹਿਸਾਬ ਨਾਲ ਦੇਣ ਡਏ ਆ। ਪਹਿਲਾਂ ਇਹਨਾਂ ਸਵੇਰੇ ਸਵੇਰੇ ਕਿਸੇ ਨੂੰ 20 ਕਿਲੋ ਦੇ ਹਿਸਾਬ ਨਾਲ ਵੀ ਦਿੱਤੀ ਆ ਅਤੇ ਮਤਲਬ ਫਰਾਡ ਹੀ ਕਹਾਂਗੇ ਇਹਨੂੰ, ਹੋਰ ਕੀ ਕਹਾਂਗੇ ਅਸੀਂ। ਅਤੇ ਮਹਿਕਮਾ ਨੂੰ ਕਹਿੰਦੇ ਹਾਂ ਵੀ ਜੋ ਵੀ ਇਹਨਾਂ ਦੀ ਕਾਰਵਾਈ ਬਣਦੀ ਹੈ ਕਾਰਵਾਈ ਕਰਨ ਇਹਨਾਂ ਦੇ ਉੱਤੇ। ਮਤਲਬ ਇੱਦਾਂ ਥੋੜ੍ਹਾ ਹੋ ਸਕਦਾ ਵੀ ਮਤਲਬ ਗਰੀਬਾਂ ਦਾ ਹੱਕ ਮਾਰਿਆ ਜਾਵੇ? ਗੌਰਮੈਂਟ ਸੈਂਟਰ ਗੌਰਮੈਂਟ ਦੇਣ ਡਈ ਆ, ਉੱਥੋਂ ਭੇਜਣ ਡਈ ਆ, ਇੱਥੋਂ ਗਾੜੀ ਪੰਜਾਬ ਗੌਰਮੈਂਟ ਦੇਣ ਡਈ ਆ, ਇਹ ਮਤਲਬ ਹੱਕ ਮਾਰਨ ਡਏ ਆ। ਪਿਛਲੀ ਵਾਰ ਵੀ ਇਹਨਾਂ ਕਾਫੀ ਬੰਦਿਆਂ ਨੂੰ ਇੱਕ ਇੱਕ ਤੂੜਾ ਘੱਟ ਦਿੱਤਾ, ਸਾਡੀ ਕਣਕ ਨਹੀਂ ਪੂਰੀ ਹੁੰਦੀ। ਇਹ ਡਿਪੂ ਹੋਲਡਰ ਆਪੇ ਰੈਫਰੀ ਕਰਦਾ ਵਾ ਕਿ ਜਾਂ ਕਿ ਜਿਹੜੇ ਰਹਿੰਦੇ ਬੰਦੇ ਉਹਨਾਂ ਨੂੰ ਦਿੰਦਾ ਜੀ? ਮੈਨੂੰ ਨਹੀਂ ਪਤਾ, ਮੈਨੂੰ ਤਾਂ ਆਹ ਲੋਕਾਂ ਦੇ ਕਹਿਣ 'ਤੇ ਪਤਾ ਲੱਗਾ ਜੋ ਕੁਝ ਹੈਗਾ ਵਾ, ਮੈਨੂੰ ਤਾਂ ਲੋਕਾਂ ਦੱਸਿਆ ਵਾ। ਇਸ ਸੰਬੰਧ ਵਿੱਚ ਤੁਸੀਂ ਕੋਈ ਪਿੰਡ ਦੇ ਸਰਪੰਚ ਦੇ ਖਿਲਾਫ਼ ਕੋਈ ਕਾਰਵਾਈ ਦੀ ਮੰਗ ਨਹੀਂ ਕੀਤੀ ਅੱਜ ਤੱਕ ਕਿਤੇ ਵੀ? ਪਿਛਲੇ ਵੀ ਘੜਤਾ ਨਹੀਂ, ਮੇਰੇ ਕੋਲ ਸ਼ਿਕਾਇਤ ਹੀ ਹੁਣ ਪਹੁੰਚੀ ਆ। ਪਹਿਲਾਂ ਕੋਈ ਸ਼ਿਕਾਇਤ ਨਹੀਂ ਕਿਸੇ ਨੇ ਦਿੱਤੀ, ਅੱਜ ਹੁਣ ਦੱਸਣ ਡਿਆ ਵੀ ਕੋਈ ਕਹਿੰਦਾ ਮੈਨੂੰ ਘੱਟ ਮਿਲੀ, ਦੂਜਾ ਕਹਿੰਦਾ ਮੈਨੂੰ ਘੱਟ ਮਿਲੀ ਆ, ਅਤੇ ਉਹ ਤੁਸੀਂ ਬਾਕੀ ਦੇਖ ਹੀ ਲਿਆ ਵਾ। ਪਬਲਿਕ ਰੌਲਾ ਪਾਉਣ ਡਈ ਆ ਜੀ, ਕਾਫੀ ਬੰਦੇ ਜਿਹੜੇ ਲੈ ਲੂ ਕੇ ਚੱਲੇ ਜੀ, ਉਹਨਾਂ ਨੂੰ 20 ਕਿਲੋ ਦੇ ਹਿਸਾਬ ਨਾਲ ਵੀ ਦਿੱਤੀ। ਭਾਅ ਜੀ ਤੁਹਾਡਾ ਇੱਕ ਪਿੰਡ ਦੇ ਵਿੱਚ ਲੋਕ ਕਹਿ ਰਹੇ ਆ ਕਿ ਤੁਸੀਂ ਕਣਕ ਲੋਕਾਂ ਨੂੰ ਘੱਟ ਵੰਡਦੇ ਪਏ ਜੇ, 20 ਕਿਲੋ ਜਾਂ 40 ਕਿਲੋ ਘੱਟ ਦੇ ਰਹੇ ਜੇ, ਕੀ ਮਾਮਲਾ ਹੈਗਾ ਸਾਰਾ? ਇਸਦੇ ਕੋਈ ਚੱਕਰ ਨਹੀਂ ਹੈਗਾ, ਅਸੀਂ ਹਰ ਵਾਰ ਕਣਕ ਪੂਰੀ ਵੰਡਦਾ ਵਾ, ਸਾਰਾ ਪਿੰਡ ਆਪਣੇ ਨਾਲ ਸਹਿਯੋਗ ਦੇਣ ਡਿਆ ਵਾ। ਅਸੀਂ ਅੱਜ ਤੱਕ ਇਹਨੂੰ ਕਣਕ ਘੱਟ ਨਹੀਂ ਦਿੱਤੀ, ਮੇਰੇ ਕੋਲ ਭਾਵੇਂ ਤਾਂ ਵਿਆਹ ਲੈ ਲਓ 25 ਕਿਲੋ ਕਣਕ ਅਤੇ 5 ਕਿਲੋ ਛੋਲੇ ਹਰ ਇੱਕ ਨੂੰ ਦੇਣ ਡਿਆ। ਇਹ ਪਾਰਟੀ ਬਾਜ਼ੀ ਦਾ ਕਰਕੇ ਜੋ ਕੰਮ ਹੋ ਰਿਹਾ, ਪਾਰਟੀ ਬਾਜ਼ੀ ਦਾ ਕਰਕੇ ਸਾਡੇ ਪਿੰਡ ਵਿੱਚ ਆਹ ਕੰਮ ਚੱਲਣ ਡਿਆ। ਪਿੰਡ ਦੇ ਕੁਛ ਲੋਕ ਅਰਦਾਸ ਨਹੀਂ ਕਹਿੰਦੇ ਪਏ ਕਿ ਸਾਨੂੰ 20 ਕਿਲੋ ਘੱਟ, 25 ਕਿਲੋ ਜੋ ਤੁਹਾਨੂੰ ਕਿਹਾ ਵੀ ਪਾਰਟੀ ਬਾਜ਼ੀ ਦਾ ਕੰਮ ਹੈ ਸਾਰਾ, ਪਾਰਟੀ ਬਾਜ਼ੀ ਜੋ ਮਰਜ਼ੀ ਆਪਾਂ ਕਹਿ ਦਈਏ, 25 ਕਿਲੋ ਸਾਡੇ 20 ਕਿਲੋ ਆਪਾਂ 15 ਕਿਲੋ ਕਹਿ ਦਈਏ ਕਿ ਆਪਾਂ
ਬਿਆਨ ਗਲਤ ਲਾਉਣੇ ਦੀ ਗੱਲ ਜੋ ਮਰਜ਼ੀ ਕਰੀਏ ਤੇ ਪਾਰਟੀ ਭਾਈ ਦਾ ਚੱਕਰ ਭਾਈ ਹੋਰ ਚੱਕਰ ਕੋਈ ਨਹੀਂ ਕਰ ਸਕਦੇ ਸਾਡੇ ਦੇ ਲੱਗੇ ਸਾਰੇ ਝੂਠੇ ਝੂਠੇ ਬਿਆਨ ਭਾਈ ਸਾਰੇ ਪਿੰਡ ਦੇ ਬਿਆਨ ਲੈ ਸਾਰਾ ਪਿੰਡ ਸਾਡੇ ਨਾਲ ਸਾਥ ਹੀ ਹੁੰਦੇ ਆ ਕੋਈ ਚੱਕਰ ਨਹੀਂ ਆਂਦੇ ਕਿ ਇਹਨੇ ਗੱਲਬਾਤ ਕੀਤੀ ਉਹ ਆਂਦੇ ਕਿ ਡਿਪੂਟ ਜਿਹੜਾ ਸਾਨੂੰ ਗਾਲੀ ਗਲੋਚ ਵੀ ਕਰਦਾ ਜੇ ਕਣਕ ਘਟ ਵੱਧ ਅੱਜ ਤੱਕ ਕੋਈ ਇੱਕ ਕੋਈ ਪਿੰਡ 'ਚ ਬੰਦਾ ਬਾਹ ਖੜੀ ਕਰਦੇ ਹੈ ਕਿ ਉਹ ਵੀ ਕਿਹਾ ਹੋਵੇ ਘੱਟ ਦੇ ਰਹੇ ਆ ਉਹਦੇ ਬਾਰੇ ਤੁਹਾਡੇ ਕੋਈ ਸ਼ਿਕਾਇਤ ਹੋਈ ਕੀ ਮਾਮਲਾ ਹੈ ਸਾਰਾ ਹੈਗਾ ਮੇਰੇ ਕੋਲ ਨਾ ਜੀ ਅੱਜ ਮਾਰਨਿੰਗ 'ਚ ਪੰਚਾਇਤ ਮਿਲ ਕੇ ਗਈ ਹੈ ਸਰਪੰਚ ਅੱਜ ਹੀ ਆਏ ਹੈਗੇ ਨੇ ਮੈਨੂੰ ਉਹਨਾਂ ਨੇ ਮੈਨੂੰ ਹੁਣੇ ਦੱਸਿਆ ਹੈਗਾ ਕਿ ਡਿਪੂ ਹੋਲਡਰ ਦੇ ਖਿਲਾਫ਼ ਕਣਕ ਕੱਟ ਦੇ ਰਿਹਾ ਅਤੇ ਉਹਦੇ ਰਿਗਾਰਡਿੰਗ ਮੈਂ AFSO ਤਰਨ ਤਾਰਨ ਨੂੰ ਰਿਪੋਰਟ ਮਾਰਕ ਕਰਤੀ ਹੈ ਅਤੇ ਜਿਵੇਂ ਹੀ ਉਹਦੀ ਪੜਤਾਲ ਅੱਜ ਕੱਲ੍ਹ 'ਚ ਹੋ ਜਾਏਗੀ ਅਤੇ ਕਾਰਵਾਈ ਕੀਤੀ ਜਾਏਗੀ ਡਿਪੂ ਵਾਲੇ 'ਤੇ ਜੇ ਉਹ ਗਲਤ ਹੈ ਤਾਂ ਡੈਫੀਨੇਟਲੀ ਕਾਰਵਾਈ ਕੀਤੀ ਜਾਏਗੀ ਮੈਡਮ ਤੁਸੀਂ ਕੋਈ ਆਪਣੇ ਲੈਵਲ 'ਤੇ ਵੀ ਕੋਈ ਚੈਕਿੰਗ ਕਰਦੇ ਜੇ ਜਦੋਂ ਕਣਕ ਦਿੰਦੇ ਜੇ ਕੋਈ ਤੁਹਾਡੇ ਸਟਾਫ ਵੱਲੋਂ ਜਾਂ ਕਿਸੇ ਵੱਲੋਂ ਕੋਈ ਜਾਂਦਾ ਆ ਵੱਖ ਵੱਖ ਜਿਹੜੇ ਡਿਪੂ ਹੋਲਡਰ ਆ ਕਈਆਂ ਥਾਵਾਂ ਤੋਂ ਜਿਹੜੀ ਆ ਲੋਕ ਸ਼ਿਕਾਇਤ ਵੀ ਨਹੀਂ ਕਰਦੇ ਕਿ ਸਾਡੀ ਕਣਕ ਹੀ ਨਾ ਬੰਦ ਹੋ ਜੇ ਪਰ ਆਪਣੇ ਲੈਵਲ 'ਤੇ ਵੀ ਕੋਈ ਡਿਪਾਰਟਮੈਂਟ ਕੋਈ ਇਸੇ 'ਤੇ ਦੇਖੋ ਇੱਦਾਂ ਹੈ ਕਿ ਜਿਵੇਂ ਹੁਣ ਅੱਜ ਮੈਨੂੰ ਇਹਨਾਂ ਨੇ ਦੱਸਿਆ ਸਰਪੰਚ ਨੇ ਆ ਕੇ ਦੱਸਿਆ ਠੀਕ ਹੈ ਪਹਿਲ ਦੇ ਆਧਾਰ 'ਤੇ ਅਸੀਂ ਉਸ ਚੀਜ਼ ਨੂੰ ਕਾਰਵਾਈ ਕੀਤੀ ਹੈ ਜਦੋਂ ਡਿਪਾਰਟਮੈਂਟ ਨੂੰ ਪਤਾ ਚੱਲੇਗਾ ਕੋਈ ਡਿਪੂ ਹੋਲਡਰ ਪਰੇਸ਼ਾਨ ਕਰ ਰਿਹਾ ਜਾਂ ਉਹ ਕਣਕ ਨਹੀਂ ਦੇ ਰਿਹਾ ਜਾਂ ਲੋਕ ਸਾਨੂੰ ਦੱਸਦੇ ਆ ਅਤੇ ਤੁਰੰਤ ਉਹਦੇ 'ਤੇ ਕਾਰਵਾਈ ਹੁੰਦੀ ਮੈਨੂੰ ਕੁੱਲ ਕਿੰਨੀ ਕਣਕ ਆਈ ਗਰੀਬ ਪਰਿਵਾਰਾਂ ਨੂੰ ਜਿਹੜੀ ਇਹ ਦੇ ਦੇ ਇਸ ਕਿੰਨੀ ਕਿਲੋ ਦੇ ਰਹੇ ਕਿੰਨੀ ਕਣਕ ਆ ਰਹੀ ਆ ਇੱਕ ਮੈਂਬਰ ਨੂੰ ਕਿੰਨੀ ਕਿਲੋ ਆ ਰਹੀ ਕਣਕ 25 ਕਿਲੋ ਦੇ ਹੈ ਤੇ ਚਨੇ ਮੈਡਮ 5 ਕਿਲੋ